ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਆਰੇ ਸਰੋਤਿਓ, ਮੇਰੇ ਚਾਹੁਣ ਵਾਲਿਓ, ਤੁਹਾਡੇ ਚਰਨਾਂ 'ਚ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਫਿਲਮ ਆ ਰਹੀ ਹੈ ਸਾਡੀ ਮਰਜ਼ੀ, ਜਿਹੜੀ ਮੇਰੇ ਦਿਲ ਦੇ ਬਹੁਤ ਕਰੀਬ ਹੈ। ਕਰੀਬ ਮੇਰੇ ਦਿਲ ਦੇ ਸਾਰੀਆਂ ਫਿਲਮਾਂ ਨੇ, ਕਿਉਂਕਿ ਮਾਂ ਨੂੰ ਸਾਰੇ ਬੱਚੇ ਬੜੇ ਚੰਗੇ ਲੱਗਦੇ। ਇਸ ਫਿਲਮ ਦੇ ਵਿੱਚ ਜਿਹੜੀ ਅਹਿਮ ਗੱਲ ਹੈ ਉਹ ਇਹ ਹੈ ਕਿ ਨੀਨਾ ਜੀ, ਨੀਨਾ ਬੰਧੇਲ, ਜੋ ਕਿ ਮੇਰੀ ਧਰਮ ਪਤਨੀ ਹੈ, ਉਹਨਾਂ ਨੇ 27 ਸਾਲ ਬਾਅਦ ਕਮਬੈਕ ਕੀਤਾ। ਬਹੁਤ ਖੂਬਸੂਰਤ ਕਲਾਕਾਰ ਨੇ। ਕਿਆ ਉਹਨਾਂ ਨੇ ਕੰਮ ਕੀਤਾ, ਕਿਆ ਹਰਿਆਣਵੀ ਬੋਲੀ ਹੈ, ਤੁਹਾਨੂੰ ਮਾਣ ਹੋਊਗਾ ਆਪਣੇ ਇੱਕ ਹੋਰ ਪੰਜਾਬੀ ਕਲਾਕਾਰ 'ਤੇ। ਅਤੇ ਮੇਰਾ ਸਮਝ ਲਓ ਪੋਤਾ ਹੀ ਹੈ ਮੇਰਾ, ਆਪਣਾ ਅਨਿਰੁੱਧ। ਅਵੰਤਿਕਾ ਮੇਰੀ ਬਿਟੀਆ ਹੀ ਹੈ, ਮੇਰੀਆਂ ਧੀਆਂ ਵਰਗੀ ਹੈ, ਇੱਕ ਪਰਿਵਾਰਕ ਰੂਪ ਨਾਲ ਅਸੀਂ ਜੁੜੇ ਹਾਂ। ਲੇਕਿਨ ਜਿਹੜੀ ਫਿਲਮ ਨੂੰ ਡਾਇਰੈਕਟ ਕੀਤਾ ਅਜੇ ਚੰਦੋਕ ਜੀ, ਮੇਰੇ ਸਭ ਤੋਂ ਫੇਵਰਟ ਡਾਇਰੈਕਟਰ ਨੇ। ਜਿੰਨੇ ਵੱਡੇ ਉਹ ਡਾਇਰੈਕਟਰ ਨੇ ਉੰਨੇ ਵੱਡੇ ਉਹ ਇਨਸਾਨ ਨੇ, ਔਰ ਮੇਰੇ ਨਾਲ ਉਹਨਾਂ ਦਾ ਅਟੂਟ ਰਿਸ਼ਤਾ ਹੈ। ਅਤੇ ਮੈਂ ਸਮਝਦਾ ਕਿ ਸਾਡੀ ਇੰਡਸਟਰੀ ਦੇ ਵਿੱਚ, ਹਿੰਦੀ ਇੰਡਸਟਰੀ ਦੇ ਵਿੱਚ, ਪੰਜਾਬੀ ਇੰਡਸਟਰੀ ਦੇ ਵਿੱਚ, ਕੋਈ ਵੀ ਇੰਡਸਟਰੀ ਹੋਵੇ, ਉਹ ਇੱਕ ਐਡੇ ਵੱਡੇ ਡਾਇਰੈਕਟਰ ਨੇ ਕਿ ਮੈਨੂੰ ਮਾਣ ਹੈ ਕਿ ਉਹਨਾਂ ਨੇ ਮੈਨੂੰ ਡਾਇਰੈਕਟ ਕੀਤਾ। ਪਰ ਇਸ ਫਿਲਮ ਨੂੰ ਬਣਾਇਆ ਬਹੁਤ ਖੂਬਸੂਰਤੀ ਨਾਲ। ਮੈਂ ਚਾਹੂੰਗਾ ਕਿ ਤੁਸੀਂ ਸਾਰੇ ਹੁੰਮ ਹਵਾ ਕੇ ਇਸ ਫਿਲਮ ਨੂੰ ਜ਼ਰੂਰ ਦੇਖਣਾ, ਕਿਉਂਕਿ ਇਹ ਫਿਲਮ ਮੇਰੇ ਦਿਲ ਦੇ ਬਹੁਤ ਬਹੁਤ ਕਰੀਬ ਹੈ। ਔਰ ਮੈਂ ਸ਼ਾਇਦ ਅੱਜ ਪਹਿਲੀ ਵਾਰੀ ਇੱਕ ਫਿਲਮ ਬਾਰੇ ਤੁਹਾਨੂੰ ਇਸ ਕਰਕੇ ਬੇਨਤੀ ਕੀਤੀ ਹੈ ਕਿ ਤੁਸੀਂ ਜ਼ਰੂਰ ਦੇਖਣ ਜਾਓ, ਕਿਉਂਕਿ ਇਹ ਫਿਲਮ ਤੁਹਾਨੂੰ ਇੰਨੀ ਪਸੰਦ ਆਏਗੀ। ਔਰ ਬੇਸ਼ੱਕ ਉਹਦੇ ਵਿੱਚ ਨਵੇਂ ਕਲਾਕਾਰ ਨੇ, ਹਰਬੀ ਸੰਘਾ ਹੈ ਜਿਹਨੇ ਕਮਾਲ ਦਾ ਕੰਮ ਕੀਤਾ, ਮੈਂ ਉਹਨਾਂ ਦਾ ਬੜਾ ਵੱਡਾ ਫੈਨ ਹਾਂ। ਤੁਸੀਂ ਜ਼ਰੂਰ ਜਾਇਓ, ਇਸ ਫਿਲਮ ਨੂੰ ਦੇਖਿਓ, ਔਰ ਤੁਹਾਨੂੰ ਅਹਿਸਾਸ ਹੋਊਗਾ ਕਿ ਪੰਜਾਬ ਅਤੇ ਹਰਿਆਣਾ ਜਦ ਇੱਕੋ ਸਟੇਟ ਹੁੰਦੀ ਸੀ, ਕੋਈ ਆਪਣਾ ਮਹਾਂ ਪੰਜਾਬ ਹੁੰਦਾ ਸੀ, ਤਾਂ ਕਿਸ ਤਰ੍ਹਾਂ ਦਾ ਹੁੰਦਾ ਸੀ। ਅੱਜ ਤਾਂ ਚਲੋ ਵੰਡੀਆਂ ਪੈ ਗਈਆਂ, ਪਰ ਇੱਕ ਹਰਿਆਣਵੀ ਵਾਈਫ, ਪੰਜਾਬੀ ਫਾਦਰ ਅਤੇ ਵਿੱਚ ਇਹ ਮੁੰਡਾ, ਕਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਉਹ ਹਰਿਆਣੇ ਦੀ ਬੋਲੀ ਜਿਸ ਤਰ੍ਹਾਂ ਉਹ ਬੋਲਦੇ ਨੇ ਤੁਹਾਨੂੰ ਪਤਾ ਹੈ, ਜਿੱਦਾਂ ਪੰਜਾਬੀ ਆਪਾਂ ਬੋਲਦੇ ਵੀ ਤੁਹਾਨੂੰ ਪਤਾ, ਉਹਦਾ ਮਿਕਸਚਰ ਹੈ, ਲੜਦੇ ਨੇ, ਸਭ ਕੁਛ ਕਰਦੇ ਨੇ ਆਪਣੇ ਬੇਟੇ ਨੂੰ। ਉਹ ਕਹਿੰਦੇ ਮੈਂ ਹਰਿਆਣਵੀ ਪੜ੍ਹਾਈ ਕਰਾਉਣੀ ਹੈ, ਉਹ ਕਹਿੰਦਾ ਮੈਂ ਪੰਜਾਬੀ ਪੜ੍ਹਾਈ ਕਰਾਉਣੀ ਹੈ, ਉਹ ਕਹਿੰਦਾ ਮੈਂ, ਉਹ ਕਹਿੰਦੀ ਹੈ ਮੈਂ ਹਰਿਆਣਵੀ ਬਹੂ ਲੈ ਕੇ ਆਉਣੀ ਹੈ, ਉਹ ਕਹਿੰਦਾ ਮੈਂ ਪੰਜਾਬ ਦੀ ਵੋਟੀ ਬਹੂ ਲੈ ਕੇ ਆਉਣੀ ਹੈ। ਬੜਾ ਇੱਕ ਬਿਊਟੀਫੁਲ ਪਿਕਚਰ ਹੈ, ਜ਼ਰੂਰ ਦੇਖਿਓ, ਔਰ ਮੈਨੂੰ ਦੱਸਿਓ ਪਰਸਨਲੀ ਕਿ ਤੁਹਾਨੂੰ ਇਹ ਫਿਲਮ ਕੈਸੀ ਲੱਗੀ, ਜਿਹ 'ਚ ਕੋਈ ਕਮੀਆਂ ਨੇ ਮੈਨੂੰ ਜ਼ਰੂਰ ਦੱਸਿਓ। ਔਰ ਪਰਸਨਲੀ ਮੇਰੀ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ ਕਿ ਸਾਰੇ ਇੱਕ ਵਾਰੀ ਜ਼ਰੂਰ ਦੇਖਣ ਜਾਇਓ, ਔਰ ਜ਼ਰੂਰ ਤੁਹਾਨੂੰ ਇਹ ਫਿਲਮ ਪਸੰਦ ਆਏਗੀ। ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇ, ਖੁਸ਼ੀਆਂ ਬਖਸ਼ੇ, ਤੁਹਾਨੂੰ ਲੰਬੀ ਉਮਰ ਬਖਸ਼ੇ, ਤੁਸੀਂ ਜੋ ਰੱਬ ਤੋਂ ਚਾਹੋ ਤੁਹਾਨੂੰ ਮਿਲੇ। ਤੁਸੀਂ ਬਹੁਤ ਬਹੁਤ ਪਿਆਰ ਮੈਨੂੰ ਦਿੱਤਾ, ਆਪਣਾ ਪਿਆਰ ਇਸ ਤਰ੍ਹਾਂ ਬਣਾਈ ਰੱਖਣਾ। ਮੈਂ ਹਮੇਸ਼ਾ ਤੁਹਾਡਾ ਕਰਜ਼ਦਾਰ ਹਾਂ, ਹਰ ਪਿਤਾ ਦਾ, ਹਰ ਮਾਤਾ ਦਾ, ਹਰ ਭੈਣ ਦਾ, ਹਰ ਧੀ ਦਾ। ਤੁਸੀਂ ਜੋ ਮੇਰੇ ਵਾਸਤੇ ਕੀਤਾ, ਜੋ ਮੇਰੇ ਵਾਸਤੇ ਅਰਦਾਸਾਂ ਕੀਤੀਆਂ, ਜਿੰਨਾ ਪਿਆਰ ਤੁਸੀਂ ਮੇਰੇ ਨਾਲ ਕਰਦੇ ਹੋ, ਮੈਂ ਉਸ ਪਰਮਾਤਮਾ ਅਕਾਲ ਪੁਰਖ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਹਾਡਾ ਇੰਨਾ ਪਿਆਰ ਹੈ ਕਿ ਕਦੇ ਕਦੇ ਮੈਨੂੰ ਉਸ ਪਿਆਰ ਦੇ ਹੰਝੂ ਵੀ ਮੇਰੀ ਅੱਖ 'ਚੋਂ ਨਿਕਲ ਆਉਂਦੇ ਨੇ, ਕਿਉਂਕਿ ਮੈਂ ਇੰਨਾ ਯੋਗਾ ਸੀ ਨਹੀਂ ਜਿੰਨਾ ਯੋਗਾ ਉਸ ਪਰਮਾਤਮਾ ਨੇ ਅਤੇ ਤੁਸੀਂ ਮੈਨੂੰ ਬਣਾਤਾ ਹੈ। ਚੜ੍ਹਦੀਆਂ ਕਲਾਂ 'ਚ ਰਹੋ, ਜ਼ਰੂਰ ਫਿਲਮ ਦੇਖਣ ਜਾਣਾ, ਇੱਕ ਵਾਰੀ ਜ਼ਰੂਰ ਦੇਖਣ ਜਾਣਾ ਮੇਰੇ ਕਹੇ 'ਤੇ, ਹੈ, ਔਰ ਮੈਨੂੰ ਦੱਸਣਾ ਜ਼ਰੂਰ ਕਿ ਕਿਸ ਤਰ੍ਹਾਂ ਦੀ ਫਿਲਮ ਬਣੀ ਹੈ।